ਵੱਜ ਰਹੇ ਢੋਲ ਟਮੱਕੇ ਤੇ ਖੁਸ਼ੀ ਨਾਲ ਨੱਚ ਰਹੇ ਇਹ ਲੋਕ ਇਸ ਗੱਲ ਦੀ ਖੁਸ਼ੀ ਜ਼ਾਹਰ ਕਰ ਰਹੇ ਨੇ ਕਿਉਂਕਿ ਜੇਲ੍ਹ 'ਚ ਬੈਠਾ ਇੱਕ ਨੌਜਵਾਨ ਇਸ ਪਿੰਡ ਦਾ ਸਰਪੰਚ ਬਣ ਗਿਆ ਹੈ ਜਿਸ ਨੂੰ ਖੁਦ ਇਸ ਪਿੰਡ ਦੇ ਲੋਕਾਂ ਨੇ ਹੀ ਚੁਣਿਆ ਹੈ। ਜੀ ਹਾਂ, ਇਸ ਪਿੰਡ ਦੇ ਵਿੱਚ ਇੱਕ ਜੇਲ੍ਹ 'ਚ ਬੈਠਾ ਨੌਜਵਾਨ ਜਿਸਨੇ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਭਰਿਆ ਤੇ ਹੁਣ ਉਹ ਜਿੱਤ ਵੀ ਗਿਆ ਤੇ ਪਿੰਡ ਦਾ ਸਰਪੰਚ ਵੀ ਬਣ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਫਿਰੋਜ਼ਪੁਰ ਦੀ ਤੇ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਬੰਦ ਇਹ ਨੌਜਵਾਨ ਰਵੀ ਕੁਮਾਰ ਜੋ ਹੁਣ ਇਸ ਪਿੰਡ ਦਾ ਸਰਪੰਚ ਬਣ ਗਿਆ ਹੈ। 290 ਵੋਟਾਂ ਸਨ ਪਿੰਡ ਦੀਆਂ ਜਿਹਦੇ ਵਿੱਚੋਂ 272 ਵੋਟਾਂ ਪੋਲ ਹੋਈਆਂ ਤੇ 137 ਵੋਟਾਂ ਰਵੀ ਕੁਮਾਰ ਨੂੰ ਮਿਲੀਆਂ ਨੇ ਜੋ ਕਿ ਜੇਲ੍ਹ ਦੇ ਵਿੱਚ ਬੰਦ ਹੈ। ਫਿਰੋਜ਼ਪੁਰ ਦੇ ਪਿੰਡ ਮਦਰੇ ਤੋਂ ਇਹ ਸਾਹਮਣੇ ਆਇਆ ਹੈ ਕਿ ਇੱਕ ਜੇਲ੍ਹ 'ਚ ਬੈਠਾ ਨੌਜਵਾਨ ਸਰਪੰਚੀ ਚੋਣਾਂ ਜਿੱਤ ਗਿਆ ਹੈ ਤੇ ਪਿੰਡ ਦਾ ਸਰਪੰਚ ਬਣ ਗਿਆ ਹੈ ਤੇ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਨੇ। ਖੁਸ਼ੀ ਦੇ ਨਾਲ ਢੋਲ ਵੱਜ ਰਹੇ ਨੇ ਤੇ ਹਰ ਕੋਈ ਇੱਥੇ ਇਸ ਨੌਜਵਾਨ ਨੂੰ ਹੀ ਸਰਪੰਚ ਬਣਾਉਣਾ ਚਾਹੁੰਦਾ ਸੀ। ਹੁਣ ਵੱਡੀ ਗੱਲ ਇਹ ਹੈ ਕਿ ਜੋ ਜੇਲ੍ਹ 'ਚ ਬੰਦ ਹੈ ਜ਼ਾਹਿਰ ਹੈ ਕਿ ਕੋਈ ਮੁਲਜ਼ਮ ਹੋਏਗਾ ਜਿਸ ਨੂੰ ਸਰਪੰਚ ਬਣਾਇਆ ਗਿਆ ਹੈ ਤੇ ਲੋਕਾਂ ਨੇ ਖੁਦ ਉਸ ਨੂੰ ਚੁਣਿਆ। ਇੱਥੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਕਿਸੇ ਜਾਲਸਾਜ਼ੀ ਦਾ ਸ਼ਿਕਾਰ ਹੋਇਆ ਜਿਸ ਕਰਕੇ ਉਹ ਜੇਲ੍ਹ 'ਚ ਹੈ ਤੇ ਜਲਦੀ ਛੁੱਟ ਕੇ ਬਾਹਰ ਆਏਗਾ ਤੇ ਫਿਰ ਇਸ ਪਿੰਡ ਦਾ ਵਿਕਾਸ ਕਰੇਗਾ ਤੇ ਲੋਕਾਂ ਨੇ ਵੀ ਉਸ ਤੇ ਭਰੋਸਾ ਜਤਾਇਆ ਹੈ ਕਿ ਇਹ ਨੌਜਵਾਨ ਪਿੰਡ ਦੀ ਨੁਹਾਰ ਬਦਲੇਗਾ। ਉਧਰ ਪਰਿਵਾਰ ਦੇ ਵਿੱਚ ਵੀ ਖੁਸ਼ੀ ਦਾ ਆਲਮ ਹੈ, ਪੂਰੇ ਪਿੰਡ ਦੇ ਨਾਲ ਹੀ ਪਰਿਵਾਰ ਖੁਸ਼ੀ ਮਨਾ ਰਿਹਾ ਹੈ। ਕਿਸ ਤਰ੍ਹਾਂ ਦੇਖ ਰਹੇ ਹੋ ਇਸ ਜਿੱਤ ਨੂੰ ਤੁਹਾਡੇ ਬੇਟੇ ਦੀ ਜਿੱਤ ਹੋਈ ਹੈ, ਤੁਹਾਡੀ ਜਿੱਤ ਹੋਈ ਹੈ, ਸਿਹਰਾ ਤੁਹਾਡੇ ਸਿਰ ਹੈ? ਅਸਲ ਜਿੱਤ ਇਸ ਲੜਕੇ ਦੀ ਜੀ, ਇਸ ਲੜਕੇ ਨੇ ਬੜੀ ਮਿਹਨਤ ਕਰਦੀ ਆ, ਕੁਸ਼ਤੀਆਂ ਕਰਾਉਂਦਾ ਜੀ, ਘੋੜੀਆਂ ਰੱਖੀਆਂ ਨੇ, ਬਹੁਤ ਜ਼ਿਆਦਾ ਨਸ਼ਾ ਤੋਂ ਲੋਕਾਂ ਨੂੰ ਰੱਖਿਆ ਜੀ ਮੁੰਡਿਆਂ ਨੂੰ, ਹੈ ਨਾ, ਲੋਕ ਅਖਾੜੇ ਬਣਾਏ ਨੇ, ਬਹੁਤ ਜ਼ਿਆਦਾ ਹੀ ਤਕੜਾ ਭਲਵਾਨ ਹੈ ਜੀ ਅਤੇ ਲੋਕ ਪ੍ਰੇਮ ਕਰਦੇ ਟੱਡੂ ਨੇ, ਜਿੱਤ ਦਾ ਸਿਹਰਾ ਸਾਰਾ ਇਹਦੇ 'ਚ ਜਾਂਦਾ ਜੀ। ਤਾਂ ਕਿਵੇਂ ਦੇਖਦੇ ਹੋ ਅੱਜ ਰਵੀ ਜਿਹੜਾ ਹੈ ਜੇਲ੍ਹ 'ਚ ਬੈਠਾ ਤਾਂ ਲੋਕਾਂ ਦੀ ਜਿਹੜੀ ਪਹਿਲੀ ਪਸੰਦ ਰਵੀ ਬਣਿਆ? ਹਾਂ ਬਿਲਕੁਲ ਬਿਲਕੁਲ, ਰਵੀ ਬਹੁਤ ਹਰਮਨ ਪਿਆਰਾ ਹੈ ਇੱਧਰ ਦਾ ਲੜਕਾ ਜੀ, ਕੁਸ਼ਤੀਆਂ ਕਰਕੇ ਜੀ, ਇੱਕ ਥੋੜ੍ਹਾ ਜਿਹਾ ਨਾ ਸਾਹਸ ਦੀ ਭੇਟ ਚੜ ਗਿਆ ਜੀ, ਥੋੜ੍ਹਾ ਜਿਹਾ ਨਾ ਸਾਹਸ ਕਰਕੇ ਥੋੜ੍ਹਾ ਜਿਹਾ ਅਸੀਂ ਤਾਂ ਦੇਖੋ ਲੋਕਾਂ ਦਾ ਸਹਿਯੋਗ ਆ, ਲੋਕ ਪ੍ਰੇਮ ਕਰਦੇ ਜੀ। ਤਾਂ ਕੀ ਹੁਣ ਤੁਸੀਂ ਲੋਕਾਂ ਦੇ ਜਿਹੜੇ ਆ ਕਿ ਵਾਅਦੇ ਜਿਹੜੇ ਉਹਨਾਂ ਕਰਕੇ ਕੀ ਉਹਦੇ 'ਤੇ ਖਰੇ ਉਤਰੋ? ਮੇਰੇ ਖਰੇ ਉਤਰਾਂ ਜੀ, ਸਾਨੂੰ ਅਦਾਲਤ 'ਤੇ ਨਾ ਨਿਆਂ 'ਤੇ ਪੂਰਾ ਭਰੋਸਾ ਜੀ, ਸਾਨੂੰ ਨਿਆਂ ਮਿਲੇਗਾ, ਬੱਚਾ ਛੇਤੀ ਬਾਹਰ ਆਏਗਾ ਜੀ। ਇਹ ਮੰਨਿਆ ਜਾਵੇ ਕਿ ਲੋਕ ਜਿਹੜੇ ਨੇ ਉਹ ਉਹਨੂੰ ਰਵੀ ਨੂੰ ਪਿਆਰ ਕਰਦੇ ਤਾਂ ਹੀ ਜਿੱਤ ਦਾ ਸਿਹਰਾ ਅੱਜ ਸਿਰ ਹੁੰਦੇ ਆ? ਬਿਲਕੁਲ ਜੀ, ਲੋਕ ਪਿਆਰ ਕਰਦੇ ਜੀ ਬਹੁਤ ਜ਼ਿਆਦਾ, ਤਾਂ ਉਹਦਾ ਸਿਹਰਾ ਜਾਂ ਸਿਹਰਾ ਰਵੀ ਨੂੰ ਜਾਂਦਾ ਜੀ, ਅੰਦਰ ਬੈਠੇ ਲੋਕ ਜਿੰਨਾ ਪ੍ਰੇਮ ਕਰਦੇ ਜੀ, ਜੇ ਬਾਹਰ ਹੁੰਦਾ ਤਾਂ ਸ਼ਾਇਦ ਸਭ ਸੰਤੀ ਰਾਜ ਹੋ ਜਾਂਦੇ ਜੀ।